ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਇੱਛਾ ਧਾਰੀ ਨਾਗਾਂ ਦੇ ਬਾਰੇ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਚਲੋ ਲੈ ਚਲਦੇ ਆ ਤੁਹਾਨੂੰ ਅੱਜ ਇਸ ਵੀਡੀਓ ਵੱਲ ਸਨ 1980 ਦੀ ਗੱਲ ਹੈ ਜਦੋਂ ਨਿਹੰਗਾਂ ਸਿੰਘਾਂ ਦਾ ਇੱਕ ਜਥਾਸ਼੍ਰੀ ਹਰ ਗੋਬਿੰਦਪੁਰ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੇ ਬਾਹਰੀ ਇਲਾਕਿਆਂ ਦੇ ਵਿੱਚ ਪਹੁੰਚਿਆ ਇੱਕ ਪਿੰਡ ਜੋ ਕਿ ਟਿੱਬਿਆਂ ਦੇ ਵਿੱਚ ਵਸਿਆ ਹੋਇਆ ਸੀ ਉਸ ਦੇ ਬਾਹਰਲੇ ਇਲਾਕੇ ਦੇ ਵਿੱਚ ਉਹਨਾਂ ਸਿੰਘਾਂ ਨੇ ਆਪਣੀ ਸ਼ੌਂਕੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਉਥੇ ਇੱਕ ਖੂਹ ਸੀ ਜਿੱਥੇ ਪਿੰਡ ਦੇ ਲੋਕ ਪਾਣੀ ਭਰਨ ਆਇਆ ਕਰਦੇ ਸੀ ਨਿਹੰਗ ਸਿੰਘਾਂ ਨੂੰ ਦੇਖ ਕੇ ਕੁਝ ਪਿੰਡ ਵਾਲੇ ਸੇਵਾ ਵਾਸਤੇ ਆਏ ਇਹਨਾਂ ਸਭ ਦੇ ਵਿੱਚ ਇੱਕ ਹੋਰ ਨਿਹੰਗ ਸਿੰਘ ਸੀ ਜੋ ਨਾ ਤਾਂ ਪਿੰਡ ਦੇ ਨਾਲ ਸੰਬੰਧ ਰੱਖਦਾ ਸੀ ਤੇ ਨਾ ਹੀ ਉਹਨਾਂ ਨਿਹੰਗ ਸਿੰਘਾਂ ਦੇ ਜਥੇ ਦੇ ਨਾਲ ਉਹ ਉੱਚਾ ਲੰਬਾ ਨਿਹੰਗ ਸਿੰਘ ਤੰਬੂ ਲਗਾਉਣ ਦੇ ਵਿੱਚ ਸੇਵਾ ਕਰਨ ਲੱਗਿਆ ਪਿੰਡ ਵਾਲੇ ਸਮਝਦੇ ਰਹੇ ਕਿ ਇਹ ਨਿਹੰਗ ਸਿੰਘ ਜਥੇਬੰਦੀਆਂ ਦਾ ਮੈਂਬਰ ਹੈ ਤੇ ਨਿਹੰਗ ਸਿੰਘ ਸਮਝਦੇ ਰਹੇ ਕਿ ਇਹ ਕੋਈ ਪਿੰਡ ਵਾਲਾ ਹੈ ਉਸ ਨਿਹੰਗ ਸਿੰਘ ਦੀ ਅਸਲ ਪਹਿਚਾਨ ਕਿਸੇ ਨੂੰ ਵੀ ਨਹੀਂ ਆਈ ਸੇਵਾ ਕਰਦਿਆਂ ਇੱਕ ਦਿਨ ਬੀਤ ਗਿਆ ਲੋਕਾਂ ਨੇ ਧਿਆਨ ਮਾਰਿਆ ਤੇ ਦੇਖਿਆ ਉਸ ਨਿਹੰਗ ਸਿੰਘ ਦੀਆਂ ਅੱਖਾਂ ਮਨੁੱਖੀ ਅੱਖਾਂ ਦੇ ਨਾਲੋਂ ਵੱਖਰੀਆਂ ਸਨ ਖੋਤੋਂ ਪਾਣੀ ਭਰਨ ਆਉਣ ਵਾਲੀਆਂ ਔਰਤਾਂ ਵੀ ਮਜ਼ਾਕ-ਮਜ਼ਾਕ ਤੇ ਵਿੱਚ ਗੱਲਾਂ ਕਰਦੀਆਂ ਸੀ ਕਿ ਇਸ ਨਿਹੰਗ ਸਿੰਘ ਦੀਆਂ ਅੱਖਾਂ ਸੱਪਾਂ ਦੇ ਵਾਂਗ ਹਨ ਕਿਤੇ ਇੱਛਾਤਾਰੀ ਨਾਗ ਹੀ ਤਾਂ ਨਹੀਂ ਪਿੰਡ ਵਾਲੇ ਤਾਂ ਮਜ਼ਾਕ ਦੇ ਵਿੱਚ ਇਹ ਗੱਲ ਕਰਦੇ ਸੀ ਪਰ ਅਸਲ ਦੇ ਵਿੱਚ ਉਹ ਇੱਛਾਤਾਰੀ ਨਾਗ ਹੀ ਸੀ ਜੋ ਨਿਹੰਗ ਸਿੰਘ ਦਾ ਰੂਪ ਧਾਰ ਕੇ ਉੱਥੇ ਗੁਰੂ ਨਾਨਕ ਸਾਹਿਬ ਸਿੱਖਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ ਇੱਕ ਦਿਨ ਅੰਮ੍ਰਿਤ ਵੇਲੇ ਇੱਕ ਨਿਹੰਗ ਸਿੰਘ ਇਸ਼ਨਾਨ ਕਰਨ ਵਾਸਤੇ ਉੱਠਿਆ ਤਾਂ ਉਸਨੇ ਇੱਕ ਵੱਡਾ ਜਿਹਾ ਨਾਗ ਦੇਖਿਆ ਇਸ਼ਨਾਨ ਕਰਨ ਵਾਲਾ ਨਿਹੰਗ ਸਿੰਘ ਉਸਨੂੰ ਮਾਰਨ ਹੀ ਵਾਲਾ ਸੀ ਕਿ ਦੇਖਦੇ ਹੀ ਦੇਖਦੇ ਉਸ ਨਾਗ ਨੇ ਨਿਹੰਗ ਸਿੰਘ ਦਾ ਰੂਪ ਧਾਰ ਲਿਆ ਤੇ ਉਸਨੂੰ ਕਹਿਣ ਲੱਗਿਆ ਕਿ ਤੁਸੀਂ ਇਹ ਮੇਰਾ ਭੇਤ ਜਾਣ ਚੁਕੇ ਹੋ ਤੁਹਾਡੇ ਅੱਗੇ ਬੇਨਤੀ ਹੈ ਕਿ ਇਹ ਭੇਤ ਕਿਸੇ ਅੱਗੇ ਜ਼ਾਹਰ ਨਾ ਕਰਿਓ ਮੈਂ ਇੱਥੇ ਸਿਰਫ ਆਪ ਸਭ ਦੀ ਸੇਵਾ ਕਰਨ ਵਾਸਤੇ ਆਇਆ ਹਾਂ ਤਾਂ ਜੋ ਮੈਨੂੰ ਇਸ ਜੁਨੀ ਤੋਂ छुटਕਾਰਾ ਮਿਲ ਸਕੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਦਾ ਫਲ ਮੈਨੂੰ ਜ਼ਰੂਰ ਮਿਲੇਗਾ ਅਜਿਹੇ ਮੇਰੇ ਵਰਗੇ ਹੋਰ ਵੀ ਕਈ ਨਾਗ ਮੰਨਦੇ ਨੇ ਤੇ ਗੁਰੂ ਘਰ ਦੀ ਸੇਵਾ ਕਰਦੇ ਨੇ ਨਿਹੰਗ ਸਿੰਘ ਨੂੰ ਉਸ ਦੀ ਗੱਲ ਸਹੀ ਲੱਗੀ ਤੇ ਉਸ ਨਿਹੰਗ ਸਿੰਘ ਨੇ ਇਹ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਪਰ ਇਹ ਸਭ ਕੁਝ ਪਿੰਡ ਦਾ ਇੱਕ ਵਿਅਕਤੀ ਨੇ ਦੇਖ ਲਿਆ ਤੇ ਅਗਲੇ ਹੀ ਦਿਨ ਉਹ ਵਿਅਕਤੀ ਇੱਕ ਜੋਗੀ ਨੂੰ ਆਪਣੇ ਨਾਲ ਲੈ ਕੇ ਆਇਆ ਜੋ ਕਿ ਅਜੇਹਾ ਸੱਪਾਂ ਦੀ ਖੋਜ ਦੇ ਵਿੱਚ ਰਹਿੰਦਾ ਸੀ ਜਦੋਂ ਉਸ ਜੋਗੀ ਨੇ ਉਸ ਇੱਛਤਾਰੀ ਨਾਗ ਨੂੰ ਫੜਨ ਦਾ ਯਤਨ ਕੀਤਾ ਪਹਿਲਾਂ ਤਾਂ ਨਿਹੰਗ ਸਿੰਘਾਂ ਨੇ ਉਸ ਨੂੰ ਉਥੋਂ ਭਜਾ ਦਿੱਤਾ ਤੇ ਨਿਹੰਗ ਸਿੰਘ ਉਸ ਨੂੰ ਬਾਹਰ ਪਿੰਡ ਤੱਕ ਛੱਡ ਕੇ ਆਏ ਪਰ ਉਸ ਜੋਗੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਪਿੱਛਾ ਕਰਦੇ ਕਰਦੇ ਉਹ ਦੂਸਰੇ ਪਿੰਡ ਪਹੁੰਚ ਗਿਆ ਇੱਛਤਾਰੀ ਨਾਗ ਨੇ ਖੇਤਾਂ ਦੇ ਵਿੱਚ ਇੱਕ ਕਿਸਾਨ ਨੂੰ ਹੱਲ ਬਹੋਂਦੇ ਦੇਖਿਆ ਉਸ ਇੱਛਤਾਰੀ ਨਾਗ ਨੇ ਉਸ ਕਿਸਾਨ ਨੂੰ ਕਿਹਾ ਕਿ ਉਹ ਜੋਗੀ ਮੈਨੂੰ ਫੜਨ ਵਾਸਤੇ ਆ ਰਿਹਾ ਹੈ ਜੇਕਰ ਤੂੰ ਮੈਨੂੰ ਇਸ ਜੋਗੀ ਤੋਂ ਪਛਾਣਵੇਂਗਾ ਤਾਂ ਮੈਂ ਇਸ ਦੇ ਬਦਲੇ ਤੈਨੂੰ ਪੈਸੇ ਦੇਵਾਂਗਾ ਇੱਛਤਾਰੀ ਨਾਗ ਨੇ ਕਿਸਾਨ ਨੂੰ ਕਿਹਾ ਕਿ ਇਸ ਖੇਤਾਂ ਵਿੱਚ ਜਦੋਂ ਵੀ ਤੂੰ ਹੱਲ ਮਾਰੇਗਾ ਤਾਂ ਤੈਨੂੰ ਪੈਸੇ ਮਿਲਣਗੇ ਤੂੰ ਬਸ ਇਸ ਜੋਗੀ ਨੂੰ ਇੱਥੋਂ ਭਜਾ ਦੇ ਉਹ ਇੱਛਾਤਾਰੀ नाग ਆਪਣੇ ਰੂਪ ਦੇ ਵਿੱਚ ਆ ਕੇ ਇੱਕ ਖੁੱਡ ਦੇ ਵਿੱਚ ਵੜ ਗਿਆ ਤੇ ਜਦੋਂ ਜੋਗੀ ਉੱਥੇ ਆਇਆ ਤੇ ਕਿਸਾਨ ਨੇ ਉਸ ਨੂੰ ਉੱਥੋਂ ਜਾਣ ਵਾਸਤੇ ਕਿਹਾ ਜਦੋਂ ਜੋਗੀ ਨਹੀਂ ਮੰਨਿਆ ਤੇ ਬਾਕੀ ਪਿੰਡ ਵਾਲੇ ਇਕੱਠੇ ਹੋ ਕੇ ਉਸ ਨੂੰ ਮਾਰ ਕੇ ਭਜਾ ਦਿੱਤਾ ਕੁਝ ਦਿਨਾਂ ਬਾਅਦ ਉਸ ਕਿਸਾਨ ਦੇ ਲੜਕੇ ਦਾ ਵਿਆਹ ਸੀ ਜਦੋਂ ਉਸਨੇ ਉਸ ਸਮੇਂ ਖੇਤ ਵਿੱਚ ਹੱਲ ਮਾਰਿਆ ਤਾਂ ਉਸ ਨੂੰ ਪੈਸਿਆਂ ਦਾ ਹੋਇਆ ਕੁਜਾ ਮਿਲਿਆ ਜਿਸ ਨੂੰ ਸਾਰੇ ਪਿੰਡ ਨੇ ਦੇਖਿਆ ਤੇ ਪਿੰਡ ਵਾਲੇ ਨੇ ਜਦੋਂ ਹੱਲ ਮਾਰ ਕੇ ਉਥੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸਮੇਂ-ਸਮੇਂ ਤੇ ਕਿਸਾਨ ਉਹਥੇ ਪੈਸੇ ਕੱਢਦਾ ਰਿਹਾ ਤੇ ਆਖਿਰ ਉਸ ਜਗ੍ਹਾ ਦੇ ਉੱਤੇ ਨਾਗਾਂ ਦੀ ਪੂਜਾ ਵਾਸਤੇ ਇੱਕ ਮੰਦਰ ਬਣਵਾ ਦਿੱਤਾ ਉਸ ਜਗ੍ਹਾ ਦੇ ਬਣਨ ਤੋਂ ਬਾਅਦ ਉਥੋਂ ਪੈਸੇ ਨਿਕਲਨੇ ਬੰਦ ਹੋ ਗਏ ਉਸ ਕਿਸਾਨ ਨੂੰ ਫਿਰ ਉਹ ਇੱਛਾਤਾਰੀ नाग ਮਿਲਿਆ ਤੇ ਕਿਹਾ ਮੈਂ ਤਾਂ ਆਪਣੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾ ਸਹਾਰਾ ਲਿਆ ਸੀ ਤੇ ਤੁਸੀਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ ਮੈਨੂੰ ਪੂਜਣਾ ਸ਼ੁਰੂ ਕਰ ਦਿੱਤਾ ਇਹ ਮਾਇਆਤਨ ਦੌਲਤ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਈ ਬਹੁਤ ਛੋਟੀ ਜਿਹੀ ਗੱਲ ਹੈ ਤੁਸੀਂ ਉਸ ਗੁਰੂ ਨਾਨਕ ਸਾਹਿਬ ਦਾ ਦਰ ਥੋੜੇ ਜਿਹੇ ਪੈਸਿਆਂ ਵਾਸਤੇ ਛੱਡ ਦਿੰਦੇ ਹੋ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਬਹੁਤ ਮੁਸ਼ਕਲਾਂ ਪਾ ਕੇ ਆਪਾਂ ਗੁਰੂ ਘਰ ਦੀ ਸੇਵਾ ਲੈਂਦੇ ਹਾਂ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਸੇਵਾ ਮਿਲੀ ਹੋਈ ਛੱਡ ਕੇ ਤੁਸੀਂ ਮੇਰੀ ਪੂਜਾ ਕਰਨ ਲੱਗ ਪਏ ਉਹ ਵੀ ਕੁਝ ਪੈਸਿਆਂ ਦੇ ਖਾਤਰ ਇਹ ਗੱਲ ਕਹਿ ਕੇ ਨਾਗ ਉਥੋਂ ਚਲਿਆ ਗਿਆ ਤੇ ਕਿਸਾਨ ਸਿਰਫ ਸੋਚਦਾ ਹੀ ਰਹਿ ਗਿਆ ਤੇ ਹੁਣ ਲੋੜ ਹੈ ਸਾਨੂੰ ਸੋਚਣ ਤੇ ਸਮਝਣ ਦੀ ਸਾਨੂੰ ਕਿਸੇ ਇੱਛਾਤਾਰੀ ਨਾਗ ਨੇ ਸਮਝਾਉਣਾ ਨਹੀਂ ਆਉਣਾ ਸਾਨੂੰ ਆਪਣੇ ਅੰਦਰ ਦੀ ਇੱਛਾ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ